ਤੇ ਆਪਣੇ ਆ ਜਿਹੜਾ ਅੱਜ ਵਾਲਾ ਪਾਗਲ ਜ ਉਹ ਮਲਾ ਦਾ ਸਾਲੀ ਹੋਇਆ ਸੁਖਬੀਰ ਬਾਦਲ ਵੱਲੋਂ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਗਲ ਕਿਹਾ ਬਾਦਲ ਦੇ ਪਾਗਲ ਕਹਿਣ ਉੱਤੇ ਸੀਐਮ ਭਗਵੰਤ ਮਾਨ ੜਕ ਉੱਠੇ ਉਹਨਾਂ ਨੇ ਵਿਵਾਦਿਤ ਟਿੱਪਣੀ ਦਾ ਤਿੱਖਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਇਹ ਪਾਗਲ ਤੁਹਾਡੇ ਵਾਂਗ ਪੰਜਾਬ ਨੂੰ ਲੁੱਟਦਾ ਨਹੀਂ ਨਾਲੇ ਉਹਨਾਂ ਕਿਹਾ ਸੀ ਕਿ ਕੁਦਰਤ ਅਤੇ ਲੋਕ ਮੇਰੇ ਨਾਲ ਹਨ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੇਰ ਤੋਂ ਮੋੜਵਾ ਜਵਾਬ ਦਿੱਤਾ ਹੈ ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੀ ਗੱਲ ਦਾ ਬੇਸ਼ੱਕ ਗੁੱਸਾ ਮੰਨਿਓ ਭੁਖਲਾਹਟ ਵਾਲੇ ਨੂੰ ਗੁੱਸਾ ਆ ਹੀ ਜਾਂਦਾ ਹੈ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਕੱਚੇ ਅਧਿਆਪਕ ਸਹਿਬਾਨ ਨੇ ਇੱਕ ਕਰਮਚਾਰੀ ਤੁਹਾਡੇ ਵੱਲੋਂ ਪੱਕੇ ਕੀਤੇ ਜਾਣ ਦੇ ਵਾਅਦੇ ਦੇ ਬਾਵਜੂਦ ਅੱਜ ਖੁਦਕੁਸ਼ੀ ਕਰਨ ਲਈ ਟੈਂਕੀਆਂ ਤੇ ਚੜੇ ਹੋਏ ਹਨ ਉਹਨਾਂ ਨੂੰ ਕਿਸੇ ਤਰ੍ਹਾਂ ਹੇਠਾਂ ਉਤਾਰ ਲਓ ਨਾਲੇ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਨੂੰ ਦਿੱਲੀ ਦੀ ਸਿਲੈਕਟਡ ਗੈਂਗ ਦਾ ਗੁਲਾਮ ਬਣਾਉਣਾ ਬੰਦ ਕਰ ਦਿਓ ਸਾਡਾ ਕੀ ਹੈ ਅਸੀਂ ਤਾਂ ਆਪੇ ਗਲਤ ਸਾਬਿਤ ਹੋ ਜਾਵਾਂਗੇ ਦਸਦੀਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਸਾਬਕਾ ਮੁੱਖ ਮੰਤਰੀਆਂ ਦੇ ਕਾਰਜਕਾਲ ਦੀ ਗੱਲ ਕੀਤੀ ਇਸ ਦੌਰਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਕਰ ਕਰਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਗਲ ਦੱਸਿਆ ਸੀ ਜਦੋਂ ਦਾ ਪੰਜਾਬ ਬਣਿਆ ਚਾਰ ਮੁੱਖ ਮੰਤਰੀ ਬਣਿਆ ਤਿੰਨੀ ਸਮਝ ਲਓ ਬਰਨਾਲਾ ਸਾਹਿਬ ਤੋਂ ਮਿਲਦਾ 2.5 ਸਾਲ ਹੀ ਰਹੇ ਆ ਪਰ ਬਾਦਲ ਸਾਹਿਬ ਬਣੇ ਹੈ तकरीबन 20 ਸਾਲ ਕੈਪਟਨ ਅਮਰਿੰਦਰ ਸਿੰਘ ਬਣਿਆ 10 ਸਾਲ ਬੀਨ ਸਿੰਘ ਬਣਿਆ 5 ਸਾਲ ਤੇ ਆਪਣੇ ਆ ਜਿਹੜਾ ਅੱਜ ਵਾਲਾ ਹੈ ਪਾਗਲ ਜ ਉਹ ਮਿਲਦਾ ਸਾਲ ਹੀ ਹੋਇਆ ਸੋ ਹੁਣ ਕੀ ਹੈ